Non guardi, sto da poco qua. ਤੁਹਾਡੇ ਘਰੇ ਕੋਈ ਨਹੀਂ ਹੈਗਾ ਉਹ ਤਾਂ ਬਿਨਾ ਪੁਲਿਸ ਤੁਹਾਡੇ ਅੱਗੇ ਹੱਥ ਜੋੜ ਕੇ ਦੇਤੀ ਆ ਮੇਰੇ ਭਰਾ ਵਰਗਾ ਹੈ ਉਹਨੂੰ ਭੇਜ ਦੋ ਘਰੇ ਮੇਰਾ ਤਾਂ ਉਹਦਾ ਭਰਾ ਵੀ ਹੈ ਨਹੀਂ ਜਿਹੜਾ ਮੇਰੇ ਇੱਥੇ ਸਿਰ 'ਤੇ ਹੱਥ ਰੱਖਦਾ ਉਹਨੂੰ ਭੇਜ ਦਿਓ ਜਿਹੜਾ ਮੇਰੀ ਬੇਟੀ ਦੇ ਸਿਰ 'ਤੇ ਹੱਥ ਰੱਖੂਗਾ ਭੇਜ ਦਿਓ ਸਰ ਉਹਨੂੰ ਪਲੀਜ਼ ਘਰੇ ਭੇਜ ਦਿਓ ਦਰਵਾਜ਼ ਨੂੰ ਸਾਡੇ ਘਰੇ ਕੋਈ ਨਹੀਂ ਗਾ ਸਾਨੂੰ ਪਤਾ ਸੀ ਕਿਵੇਂ ਰਾਤ ਬੁੜੀਆਂ ਨੇ ਕੱਢੀ ਆ ਇਕੱਲੀਆਂ ਨੇ ਇਹ ਜਿੱਥੋਂ ਤੱਕ ਇਹਦਾ ਸੁਸਾਈਡ ਦਾ ਨੋਟਿਸ ਲਿਆ ਜੀ ਉਹਨੇ ਬੰਦੇ ਨੇ ਉਹ ਗਲਤ ਲੈ ਗਿਆ ਜੀ ਜਿਹੜੇ ਉਹਨੇ ਨੌਂ ਲਏ ਨੇ ਉਹ ਨਸ਼ੇ ਦੀ ਬਾਅਦ ਘੱਟ 'ਚ ਹੀ ਲੈ ਗਿਆ ਜੀ ਜਿੱਥੋਂ ਤੱਕ ਦਿਲਬਾਗ ਦਾ ਕੰਮ ਆ ਦਿਲਬਾਗ ਉਹਦਾ ਬ੍ਰਦਰ ਆ ਮੁੰਡੇ ਦਾ ਜਿੰਨੀ ਦੇਖ ਰੇਖ ਕਰਦਾ ਸੀਗਾ ਉਦੋਂ ਕੋਈ ਐਕਸੀਡੈਂਟ ਹੋਇਆ ਉਦੋਂ ਵੀ ਦਿਲਬਾਗ ਨੇ ਪੈਸੇ ਲਾਏ ਜੀ ਦਿਲਬਾਗ ਜਿਹੜਾ ਦਿਲਬਾਗ ਦਾ ਕਰੈਕਟਰ ਹੈਗਾ ਕੋਈ ਦਿਲਬਾਗ ਹੈ ਇੱਕ ਸਮਾਜ ਸੇਵਾ ਕਲੱਬ ਦਾ ਮੋਢੀ ਸੀ ਸਾਡੇ ਪਿੰਡ ਦੀ ਬਹੁਤ ਵਧੀਆ ਕਲੱਬ ਕੰਮ ਕਰਦੇ ਆ ਜਿਹਦਾ ਨਾਂ ਸੀਗਾ ਸਮਾਜ ਸੇਵਾ ਕਲੱਬ ਪਹਿਲਾਂ ਹੋਰ ਮੁੰਡਾ ਅਗਵਾਈ ਕਰਦਾ ਸੀ ਉਸ ਤੋਂ ਬਾਅਦ ਦਿਲਬਾਗ ਕਰਨ ਲੱਗ ਗਿਆ ਜੀ ਦਿਲਬਾਗ ਦਾ ਬ੍ਰਦਰ ਸੀਗਾ ਉਹ ਪਹਿਲਾਂ ਥੋੜ੍ਹਾ ਜਿਹਾ ਮਾੜਾ ਮੋਟਾ ਨਸ਼ੇ ਨੁਸ਼ਿਆਂ 'ਚ ਪੈ ਗਿਆ ਜੀ ਕੋਈ ਦਾਰੂ ਦੱਪਾ ਪੀਣ ਲੱਗ ਗਿਆ ਜੀ ਦਿਲਬਾਗ ਨੇ ਉੱਤੇ ਪੈਸੇ ਵੀ ਲਾਏ ਉਹਨੂੰ ਬਚਾਇਆ ਵੀ ਹੁਣ ਉਹਦਾ ਐਕਸੀਡੈਂਟ ਹੋ ਗਿਆ ਸੀ ਚੂਕਣਾ ਕਰੈਕ ਹੋ ਗਿਆ ਸੀ ਉਹ ਵੀ ਪੈਸੇ ਲਾਏ ਜਿਹੜਾ ਉਹਦਾ ਮਾੜਾ ਮੋਟਾ ਆਪਦਾ ਘਰੇਲੂ ਡਿਸਪਿਊਟ ਹੋਊਗਾ ਉਹ ਬੈਠ ਕੇ ਨਿਬੜ ਜਾਣਾ ਚਾਹੀਦਾ ਸੀਗਾ ਜੀ ਜਿਹੜਾ ਉਹ ਤੂਮਤ ਲਾਉਂਦਾ ਏ ਉਹ ਬਿਲਕੁਲ ਨਜਾਇਜ਼ ਕਹਿ ਗਿਆ ਜਿਹੜਾ ਉਹ ਠੀਕ ਨਹੀਂ ਕੰਮ ਨਿੰਦਣ ਯੋਗ ਆ ਜੀ ਉਹ ਨਹੀਂ ਮੈਂ ਵੈਸੇ ਹੀ ਆਪਣੋਂ ਕਰਦਾ ਰਿਹਾ ਬੰਦੇ ਹੀ ਸਹਿਯੋਗੀ ਸੀਗੇ ਸਾਡੇ ਜੀ ਬਹੁਤ ਵਧੀਆ ਕਿਉਂਕਿ ਖਾਨਦਾਨੀ ਪਰਿਵਾਰ ਆ ਜੀ ਅੱਛਾ ਤੁਹਾਡਾ ਕਾਫੀ ਮੇਰਾ ਆਪਸ ਵਿੱਚ ਮੇਲ ਮਿਲਾਪ ਆ ਮੈਂ ਕਾਲੂ ਨੂੰ ਵੀ ਮਿਲ ਕੇ ਗਿਆ ਸੀ ਕੁਛ ਦਿਨ ਪਹਿਲਾਂ ਮੈਨੂੰ ਰਸਤੇ 'ਚ ਵੀ ਮਿਲਿਆ ਸੀਗਾ ਮੈਂ ਕਿਹਾ ਤੇਰਾ ਇਲਾਜ ਕਰਾਈ ਜਾਂਦਾ ਦਿਲਬਾਗ ਵਧੀਆ ਉਹਨੂੰ ਵਹਿ ਵਹਿਮ ਪੈ ਗਿਆ ਸੀਗਾ ਵੀ ਮੇਰੀ ਜਿਹੜੀ ਲੱਤ ਆ ਇਹ ਤੁਰਨੀ ਨਹੀਂ ਜਦਕਿ ਉਹ ਤੁਰਦਾ ਸੀ ਹੈ ਉਹ ਦੂਜੇ ਟਰਾਈ ਜੇ ਸਾਈਕਲ ਜਿਹੇ 'ਤੇ ਵੀ ਮੇਰੇ ਉਦੋਂ ਬਾਕਰ ਵੀ ਲੈਂਦਾ ਸੀਗਾ ਤੁਰਿਆ ਫਿਰਦਾ ਲੈਂਦਾ ਸੀਗਾ ਅਤੇ ਦਿਲਬਾਗ ਉਹਦਾ ਇਲਾਜ ਵੀ ਕਰਾ ਲਿਆ ਸੀ ਕਿਉਂ ਲਿਆ ਜੀ ਉਹਨੇ ਨਾ ਫਿਰ ਇਸ ਤਰ੍ਹਾਂ ਦੇ ਕੀ ਹੁਣ ਜਾਂ ਤਾਂ ਜੀ ਉਹਦੇ ਮਾਇੰਡ 'ਚ ਹੀ ਆ ਗਿਆ ਕੋਈ ਗੱਲਬਾਤ ਜਾਂ ਫਿਰ ਬਾਅਦ ਘੱਟ ਡਿਪਰੈਸ਼ਨ ਦੇ ਵਿੱਚ ਜਾਂ ਕੋਈ ਦਰਦ ਦੂਰੂ ਪੀਣ ਦੇ ਚੱਕਰ 'ਚ ਲੈ ਗਿਆ ਜੀ ਨਾ ਜੋ ਕੰਮ ਹੋਇਆ ਹਾਂ ਜਿੱਥੋਂ ਤੱਕ ਇਹਦਾ ਉਹ ਲੇਡੀ ਦਾ ਸਵਾਲ ਆ ਕੁੜੀ ਦਾ ਅਤੇ ਇਹਦਾ ਦਿਲਬਾਗ ਦਾ ਬਿਲਕੁਲ ਉਹ ਨਿਰਦੋਸ਼ ਆ ਦੇਖੋ ਅਸੀਂ ਪਿੰਡ ਦੇ ਬੰਦਿਆਂ ਪੱਖਪਾਤ ਨਹੀਂ ਕਰਦੇ ਸੁਸਾਈਡ ਹੋਇਆ ਗਲਤ ਹੋਇਆ ਜਿਹੜਾ ਉਹ ਦੋ ਬੰਦਿਆਂ ਦੇ ਨਾਂ ਲਏਗਾ ਉਹ ਗਲਤ ਲਏਗਾ ਉਹਨੂੰ ਦਿਲਬਾਗ ਨੂੰ ਇਨਸਾਫ ਮਿਲਣਾ ਚਾਹੀਦਾ ਦਿਲਬਾਗ 'ਤੇ ਕੋਈ ਪਰਚਾ ਨਹੀਂ ਹੋਣਾ ਚਾਹੀਦਾ ਕਿਉਂਕਿ ਪਰਿਵਾਰਕ ਹੀ ਮਸਲਾ ਏ ਬੈਠ ਕੇ ਵੀ ਸੁਲਝ ਸਕਦਾ ਸੀਗਾ ਇਹ ਉਹਨੇ ਨਾਂ ਲੈਣੇ ਨਹੀਂ ਚਾਹੀਦੇ ਸੀ ਉਹਨੂੰ ਨਾਂ ਗਲਤ ਲੈ ਗਿਆ ਉਹ ਕੀ ਤੁਹਾਡਾ ਮਤਲਬ ਦਿਲਬਾਗ ਨਿਰਦੋਸ਼ ਬਿਲਕੁਲ ਦਿਲਬਾਗ ਨਿਰਦੋਸ਼ ਆ ਜੀ ਇਸ ਵਿਸ਼ੇ 'ਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਵੀ ਦਿਲਬਾਗ 'ਤੇ ਪਰਚਾ ਜਿਹੜਾ ਉਹ ਨਾ ਹੋਵੇ ਦਿਲਬਾਗ ਆਪਦੇ ਘਰੇ ਆਵੇ ਕਿਉਂਕਿ ਦਿਲਬਾਗ ਹੀ ਰਹੇਗਾ ਪਿੱਛੇ ਇਕੱਲਾ ਜੀ ਪਿਤਾ ਦੀ ਡੈਥ ਹੋਈ ਵੀ ਆ ਚਾਚੇ ਤਾਏ ਵੀ ਸੀਗੇ ਦੋ ਵਿਚਾਰੇ ਡੈਥ ਹੋ ਗਈ ਉਹਨਾਂ ਦੀ ਅਤੇ ਮਾਂ ਬੈਠੀ ਆ ਮਾਂ ਬਿਰਧ ਆ ਉਹ ਵਿਚਾਰਾ ਜਿਹੜਾ ਕਾਲੂ ਸੀਗਾ ਉਹ ਸੁਸਾਈਡ ਕਰ ਗਿਆ ਜੀ ਆਪਦੇ ਸਾਹਿਬ ਬਿਲਕੁਲ ਦਿਲਬਾਗ ਵੀ ਨਿਰਦੋਸ਼ ਆ ਜਿਹੜਾ ਮੈਂ ਵੀਡੀਓ ਦੇਖੀ ਆ ਜੀ ਅਸੀਂ ਕੋਲ ਤਾਂ ਹੈ ਨਹੀਂ ਸੀ ਜਿੱਥੋਂ ਤੱਕ ਉਹ ਦੋ ਬੰਦਿਆਂ ਨੇ ਜਿਵੇਂ ਉਹ ਲੇਡੀ ਦਾ ਨਾਂ ਲੈ ਗਿਆ ਉਹ ਵੀ ਇੱਕ ਚੰਗੇ ਘਰਾਣੇ ਦੀ ਕੁੜੀ ਆ ਉਹਨਾਂ ਦੇ ਆਪਸ ਵਿੱਚ ਰਿਸ਼ਤੇਦਾਰੀ ਦੇ ਸੰਬੰਧ ਆ ਮਾਸੀ ਚਾਚੇ ਤਾਏ ਦੇ ਪੁੱਤ ਆ ਉਹਨੇ ਇੱਕ ਚੀਜ਼ ਹੋਰ ਬੋਲੀ ਹੈ ਉਹ ਕਹਿੰਦਾ ਹੈਗਾ ਵੀ ਮੈਂ ਇਹਨਾਂ ਦੀ ਕੋਈ ਵੀਡੀਓ ਬਣਵਾ ਲਈ ਸੀਗੀ ਔਰ ਫਿਰ ਮੇਰੇ ਰਿਵਾਲਵਰ ਰੱਖ ਕੇ ਅਤੇ ਮੇਰੇ ਤੋਂ ਵੀਡੀਓ ਡਿਲੀਟ ਨਹੀਂ ਨਾ ਤਾਂ ਦੇਖੋ ਰਿਵਾਲਵਰ ਵਾਲਾ ਬੰਦਾ ਉਹ ਐਡਾ ਤਾਂ ਨਹੀਂ ਅਸੀਂ ਤਾਂ ਮੈਂ ਤਾਂ ਅੱਜ ਤੱਕ ਦੇਖਿਆ ਨਹੀਂਗਾ ਜਿਹੜੀ ਵੀਡੀਓ ਵਾਲਾ ਸਵਾਲ ਆ ਉਹ ਤਾਂ ਫਿਰ ਆਪਾਂ ਕੋਲੇ ਨਹੀਂ ਹੈਗੇ ਜੀ ਜਾਂ ਬਣਾਈ ਜਾਂ ਨਹੀਂ ਬਣਾਈ ਉਹ ਤਾਂ ਕਹਿ ਹੀ ਦੇਣਾ ਹੁਣ ਤੁਸੀਂ ਆਮ ਹੀ ਦੇਖ ਲਓ ਵੀ ਜੇ ਕਿਸੇ 'ਤੇ ਆਪਾਂ ਧੱਬਾ ਲਾਉਣਾ ਤਾਂ ਪੜੱਕ ਦੇ ਕੇ ਕਹਿ ਹੀ ਦੇਣਾ ਏ ਇੰਨੀਆਂ ਬੇਨਤੀਆਂ ਅਸੀਂ ਤਾਂ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਕਰਦੇ ਹਾਂ ਜਿਹੜੇ ਇਹਨੂੰ ਡੀਲ ਕਰਦੇ ਆ ਵੀ ਉਹਨੂੰ ਚੰਗੀ ਤਰ੍ਹਾਂ ਜਾਂਚ ਕੇ ਚੰਗੀ ਤਰ੍ਹਾਂ ਪਰਖ ਕੇ ਜਿਹੜਾ ਦਿਲਬਾਗ ਵਾਲਾ ਪਰਚਾ ਉਹ ਕੈਂਸਲ ਕੀਤਾ ਜਾਵੇ ਦਿਲਬਾਗ ਨੂੰ ਅਤੇ ਉਸ ਕੁੜੀ ਨੂੰ ਜਾਂ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਅਸੀਂ ਸਾਰੇ ਨਾਲ ਹਾਂ ਸਮੁੱਚੇ ਪਰਿਵਾਰ ਦੇ ਨਾਲ ਹਾਂ ਕਾਲੂ ਵਾਲਾ ਜਿਹੜਾ ਬੜਾ ਦੁੱਖ ਆ ਕਿਉਂਕਿ ਉਹਦੀ ਧੀ ਆ ਇੱਕ ਜਿਹੜਾ ਪਰਚਾ ਪੁਰਚਿਆਂ ਵਾਲੇ ਕੰਮ 'ਚੋਂ ਕੱਟ ਕੇ ਉਹਦਾ ਬਸ ਇੰਨੀ ਕੁ ਬੇਨਤੀ ਹੈ ਸਰ ਕੋਲ
ਸਾਡੇ ਘਰੇ ਕੋਈ ਨਹੀਂ ਹੈਗਾ ਉੱਥੇ ਬਿਨਾਂ ਪੁਲਿਸ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ, ਮੇਰੇ ਭਰਾ ਵਰਗਾ ਉਹਨੂੰ ਭੇਜ ਦੋ ਘਰੇ, ਮੇਰਾ ਤਾਂ ਉਹਦਾ ਭਰਾ ਵੀ ਹੈ ਨੀ ਜਿਹੜਾ ਮੇਰੇ ਇੱਥੇ ਸਿਰ 'ਤੇ ਹੱਥ ਰੱਖਦਾ, ਉਹਨੂੰ ਭੇਜ ਦਿਓ ਜਿਹੜਾ ਮੇਰੀ ਬੇਟੀ ਦੇ ਸਿਰ 'ਤੇ ਹੱਥ ਰੱਖੂਗਾ, ਭੇਜ ਦਿਓ ਸਰ ਉਹਨੂੰ ਪਲੀਜ਼ ਘਰੇ ਭੇਜ ਦਿਓ ਦਰਬਾਰ ਨੂੰ। ਸਾਡੇ ਘਰੇ ਕੋਈ ਨਹੀਂ ਗਾ, ਸਾਨੂੰ ਪਤਾ ਸੀ ਕਿ ਮੇਰਾ ਹੱਥ ਬੁੜੀਆਂ ਨੇ ਕੱਢੀ ਆ ਇਕੱਲੀਆਂ ਨੇ। ਜੀ ਇਹ ਪਿੰਡ ਮੀਨੀਆਂ ਦਾ ਮਾਮਲਾ ਜਿੱਥੇ ਇੱਕ ਸਾਨੂੰ ਜਿਹੜੀ ਵੀਡੀਓ ਹੈ ਉਹਦੇ ਸੰਬੰਧ 'ਚ ਇੱਕ ਉਹਦੀ ਵਾਈਫ ਨੇ ਪਤਨੀ ਨੇ ਸਟੇਟਮੈਂਟ ਲਿਖਵਾਈ ਹੈ, ਜਿਹਦੇ ਸੰਬੰਧ 'ਚ ਅਸੀਂ ਮੁਕੱਦਮਾ ਅੰਡਰ ਸੈਕਸ਼ਨ 306 29/24 ਦਰਜ ਰਜਿਸਟਰ ਕੀਤਾ, ਜਿਹਦੇ 'ਚ ਉਹ ਦੋਸ਼ ਲਗਾ ਰਿਹਾ ਕਿ ਮੈਂ ਤੰਗ ਪਰੇਸ਼ਾਨ ਆ ਕੇ ਆਪਣੇ ਭਾਈ ਦਾ ਨਾਂ ਲਿਆ ਦਿਲਬਾਗ ਸਿੰਘ ਅਤੇ ਇੱਕ ਔਰਤ ਦਾ ਨਾਂ ਲੈ ਰਿਹਾ ਵੀ ਜਿਹਨਾਂ ਤੋਂ ਤੰਗ ਪਰੇਸ਼ਾਨ ਆ ਕੇ ਮੈਂ ਆਤਮ ਹੱਤਿਆ ਕਰ ਰਿਹਾ, ਜਿਹਦੇ ਸੰਬੰਧ 'ਚ ਅਸੀਂ ਇੱਕ ਦੋਸ਼ੀ ਜਿਹੜਾ ਹੈਗਾ ਦਿਲਬਾਗ ਸਿੰਘ ਉਹਨੂੰ ਗ੍ਰਿਫਤਾਰ ਕੀਤਾ ਅਤੇ ਦੂਜੀ ਜਿਹੜੀ ਦੁਸ਼ਣ ਉਹਦੀ ਤਲਾਸ਼ ਕਰ ਰਹੇ ਹਾਂ, ਜਲਦ ਤੋਂ ਜਲਦ ਗ੍ਰਿਫਤਾਰੀ ਕਰਾਂਗੇ। ਉਹਦੇ 'ਚੋਂ ਬੋਲ ਰਿਹਾ ਹੈਗਾ ਜੀ ਵੀ ਉਹਦੇ ਵੱਲੋਂ ਕੋਈ ਵੀਡੀਓ ਬਣਾਈ ਗਈ ਸੀਗੀ ਔਰ ਇਹਦੀ ਕੰਨ ਪੱਟੀ ਦੇ ਉੱਤੇ ਰਿਵਾਲਵਰ ਰੱਖ ਕੇ ਉਹ ਵੀਡੀਓ ਵੀ ਡਿਲੀਟ ਵਗੈਰਾ ਕਰਵਾਈ ਗਈ, ਹੋਰ ਤਾਂ ਜ਼ਮੀਨ ਦਾ ਵੀ ਕੋਈ ਮਾਮਲਾ ਦੱਸ ਰਿਹਾ। ਇਹ ਤਫਤੀਸ਼ ਦਾ ਵਿਸ਼ਾ ਦੌਰਾਨੇ ਤਫਰੀਸ਼, ਇਹ ਸਾਰੇ ਤੱਥ ਵਾਚੇ ਜਾਣਗੇ ਜੋ ਜੋ ਉਹਨੇ ਸਟੇਟਮੈਂਟ ਆਪਦੀ ਵੀਡੀਓ 'ਚ ਕਿਹਾ ਜੀ। ਹੁਣ ਕੀ ਕਾਰਵਾਈ ਕੀਤੀ ਉਹਦੇ ਕੋਲ? ਹੁਣ ਅੱਗੇ ਫਰਦਰ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਹਾਂ ਅਸੀਂ ਸਰ, ਅਤੇ ਜਿਹੜਾ ਇਹਦਾ ਅੱਜ ਕੋਰਟ 'ਚ ਪੇਸ਼ ਕਰਾਂਗੇ, ਫਰਦਰ ਰਿਮਾਂਡ ਲਵਾਂਗੇ, ਜਿਹੜੀ ਬਣਦੀ ਪੁੱਛਗਿੱਛ ਦੇ ਕਰਕੇ ਜਿਹੜੇ ਤੱਥ ਆ ਉਹਨਾਂ ਦੇ ਆਧਾਰ 'ਤੇ ਜਿਹੜੇ ਇਨਵੈਸਟੀਗੇਸ਼ਨ ਕੀਤੀ ਜਾਵੇਗੀ। ਬਿਆਨ ਕਿਹਦੇ ਵੱਲੋਂ ਹੋਏ ਜੀ? ਬਿਆਨ ਉਹਦੀ ਪਤਨੀ ਹੈ, ਉਹਦੀ ਮ੍ਰਿਤਕ ਦੀ ਪਤਨੀ ਵੱਲੋਂ ਜੀ।